ਸ਼ਰਨਜੋਤ ਕੌਰ ਉਮਰ 32 ਸਾਲ ਦੀ ਹੋ ਗਈ ਕਦ ਦਿਨ ਰਹਿ ਗਿਆ ਇਹ ਵੀਟ ਐਲਰਜੀ 22 ਸਾਲ ਤੋਂ 22 ਸਾਲ ਤੋਂ 22 ਸਾਲ ਤੋਂ ਵੀਟ ਐਲਰਜੀ ਆ ਇਹ ਇਦਾਂ ਹੁੰਦਾ ਨਹੀਂ ਗਰੋਥ ਹੁੰਦੀ ਨਹੀਂ ਕੁਝ ਬਣਦਾ ਬੱਚਾ ਮਹਾਰਾਜ ਕਿਰਪਾ ਕੀਤੀ ਹੈ ਕਮ ਸੇ ਕਮ ਅੱਗੇ ਦੀ ਲਾਈਫ ਵਧੀਆ ਹੋਏਗੀ ਪਰਮਾਤਮਾ ਮਿਹਰ ਕਰੇ ਸਾਰੀਆਂ ਖੁਸ਼ੀਆਂ ਮਿਲਣ ਤੇ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਦੇਰ ਤੋਂ ਇਹ ਕਣਕ ਦੀ ਐਲਰਜੀ ਹੈ ਪਰ ਮੈਨੂੰ ਨਾਮ ਬਾਣੀ ਤੇ ਬਹੁਤ ਵਿਸ਼ਵਾਸ ਹੈ ਮੈਂ ਪਿਛਲੇ ਮਹੀਨੇ ਕੈਂਪ ਅਟੈਂਡ ਕੀਤਾ ਸੀਗਾ ਤੇ ਉਦੋਂ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਤੁਸੀਂ ਜਾ ਕੇ ਪ੍ਰਸ਼ਾਦਾ ਛਕੋ ਮੈਂ ਉਦੋਂ ਦੀ ਬਿਲਕੁਲ ਠੀਕ ਠਾਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਠੀਕ ਹਾਂ ਕੁਛ ਨਹੀਂ ਹੋਣੇਗਾ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਬੱਚੀ ਤੋਂ ਬਹੁਤ ਪਰੇਸ਼ਾਨ ਸੀ 25-30 ਸਾਲ ਹੋ ਗਏ ਹਨ ਇਹਨੂੰ 30 ਸਾਲ ਦੀ ਉਮਰ ਹੋ ਗਈ ਹੈ 25 ਸਾਲ ਤੋਂ ਤਕਰੀਬਨ ਵੀਟ ਐਲਰਜੀ ਸੀ ਅਸੀਂ ਇਹਦਾ PGI ਤੋਂ ਬੜੇ ਸਾਲ ਇਲਾਜ ਕੀਤਾ ਉਹ ਕਹਿੰਦੇ ਸਾਰੀ ਜ਼ਿੰਦਗੀ ਇਹ ਮਤਲਬ ਕਣਕ ਨਹੀਂ ਖਾ ਸਕਦੀ ਪਰ ਜਦੋਂ ਦੀ ਮੈਂ ਇਸ ਬੱਚੀ ਨੂੰ ਇੱਥੇ ਲੈ ਕੇ ਆਈ ਹਾਂ ਇਹਦਾ ਅਤੁੱਟ ਵਿਸ਼ਵਾਸ ਹੈ ਪਰ ਇਹ ਕਹਿੰਦੀ ਜਦ ਤੱਕ ਮੇਰੀ ਜ਼ਿੰਦਗੀ ਮੈਂ ਕੈਂਪ ਵੀ ਅਟੈਂਡ ਕਰਾਂਗੀ ਔਰ ਇੱਥੇ ਆ ਕੇ ਹਾਜ਼ਰੀਆਂ ਜ਼ਰੂਰ ਭਰਿਆ ਕਰਾਂਗੀ ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਪੱਕੀ ਗੱਲ ਹੈ ਜਿਹਨੂੰ ਆਰਾਮ ਆਉਂਦਾ ਤਾਂ ਉਹ ਵਿਖ ਜਾਂਦਾ ਹੈ ਮਨ ਵਿੱਚ ਸਤਿਗੁਰ ਕੇ ਪਾਸ ਵਿਖ ਜਾਂਦਾ ਬੰਦਾ ਦੇਖਦਾ ਦੁਨੀਆ 'ਚ ਕਿਧਰੇ ਵੀ ਕੋਈ ਆਸਰਾ ਨਹੀਂ ਪਾਈ ਮਨ ਵਿਕ ਹੀ ਜਾਂਦਾ ਆਪ ਹੀ ਖਰੀਦ ਲੈਂਦਾ ਗੁਰੂ ਅਤੇ ਬਿਮਾਰੀ ਇਹੋ ਜਿਹੀ ਦਿੰਦਾ ਆਰਾਮ ਕੋਈ ਮਿਲਦਾ ਨਹੀਂ ਫਿਰ ਖਿਨੇ 'ਚ ਆਰਾਮ ਦੇ ਦਿੰਦਾ ਤਾਂ ਬੰਦਾ ਜਾਵੇ ਕਿੱਥੇ ਅਤੇ ਬਿਲਕੁਲ ਸਹੀ ਗੱਲ ਹੈ ਜੋ ਭਾਵਨਾ ਹੈ ਉਹ ਸ਼ਾਇਦ ਆਪਣੀ ਵੀ ਇਹੋ ਹੀ ਹੁੰਦੀ ਜੋ ਇਹਨਾਂ ਦੀ ਭੈਣ ਜੀ ਦੀ ਹੈ ਤੇ ਮਹਾਰਾਜ ਬੜੀ ਬਖਸ਼ਿਸ਼ ਕੀਤੀ ਹੈ